ਲਓ ਜੀ ਸਤਿ ਸ਼੍ਰੀ ਅਕਾਲ ਸਾਰੇ ਜਾਣੇ ਨੂੰ, ਇੱਕ ਵਾਰੀ ਫਿਰ ਤੋਂ ਦੇਸੀ ਗੁਰੂ ਦੇ ਪੇਜ ਤੋਂ ਲਾਈਵ ਹੋ ਗਏ ਮੈਂ ਤੇ ਨਾਲ ਸਾਡੇ ਗੋਲਡੀ ਵੀਰਾ ਫੋਟੋ ਤੇ ਲਾਈਵ ਹੈ। ਅੱਛਾ ਗੋਲਡੀ ਵੀਰਾ ਅਸਲ ਚ ਵੀ ਆ ਗਿਆ, ਗੋਲਡੀ ਵੀਰੇ ਦੇਸੀ ਗੁਰੂ ਦੇ ਪੇਜ ਤੋਂ ਲਾਈਵ ਹੋ ਗਏ, ਨਾਲ ਸਤਪਾਲ ਵੀਰਾ ਸਾਡਾ। ਅਸੀਂ ਪਹਿਲਾਂ ਵੀ ਲਾਈਵ ਹੋਏ ਸੀਗੇ ਬਟ ਨੈਟ ਵੀਕ ਹੋਣ ਦੇ ਕਰਕੇ ਅਸੀਂ ਆਫਲਾਈਨ ਹੋ ਗਏ ਸੀਗੇ, ਟਰਾਇੰਗ ਟੂ ਰੀਕਨੈਕਟ ਹੀ ਆਈ ਗਿਆ। ਤੇ ਗੋਲਡੀ ਵੀਰਾ ਯਾਰਾਂ ਦਾ ਯਾਰ ਆਨਲਾਈਨ ਹੋ ਗਿਆ ਵੀਰੇ, ਕਮਲ ਵੀਰਾ ਲਾਈਟ ਚਲੀ ਗਈ, JW ਮੈਰੀਅਟ ਦੇ ਵਿੱਚ ਲਾਈਟ ਚਲੀ ਗਈ, ਐਡਾ ਵੱਡਾ ਹੋਟਲ ਕੋਈ ਫਾਇਦਾ ਨਹੀਂ, ਇੱਥੇ ਲਾਈਟ ਇੰਡੀਆ ਇੰਡੀਆ ਹੀ ਹੈ, ਇੰਡੀਆ ਇੰਡੀਆ ਹੀ ਹੈ, ਇੱਥੇ ਲਾਈਟ ਆਫ ਹੋ ਚੁੱਕੀ ਹੈ। ਤੇ JW ਮੈਰੀਅਟ ਵਿੱਚ ਵੀ ਲਾਈਟ ਚਲੀ ਗਈ ਸੀ, ਆਈਫੋਨ ਦੀ ਲਾਈਟ ਤੇ ਆ ਗਏ ਵਾਪਸ ਇੰਡੀਆ। ਸਾਨੂੰ ਇੱਕ ਮਿੰਟ ਲਈ ਸੀ ਚੇਤਾ ਕਰਾਇਆ ਗਿਆ ਕਿ ਅਸੀਂ ਇੰਡੀਆ ਸੀਗੇ। ਵੀਰੇ ਪਹਿਲਾਂ ਤਾਂ ਦੋ ਲਾਈਨਾਂ ਸੁਣਾਓ ਸਾਰਿਆਂ ਨੂੰ ਆਪਣੇ ਗਾਣੇ ਦੀਆਂ। ਸਤਪਾਲ ਬਾਈ ਹੁੱਕ ਲਾਈਨ ਨੀ ਸੁਣਾਉਣ ਦਿੰਦਾ ਸਾਨੂੰ, ਸਤਪਾਲ ਨੇ ਮੈਨੂੰ ਕੁੱਟਣਾ। ਮੈਂ ਕੱਦ ਬਹੁਤ ਸਾਢੇ 7-8 ਫੁੱਟ ਕੱਦ ਹੈ ਇਹਦਾ, ਮੈਨੂੰ ਬਹੁਤ ਕੁੱਟੂਏ। ਵੀਰੇ ਕੁਛ ਕਹਿਣਾ ਚਾਹੁੰਦੇ ਹੋ ਸਾਰੇ ਆਪਣੇ ਫੈਨਸ ਨੂੰ, ਸਪੋਰਟਰਸ ਨੂੰ ਦੇਸੀ ਕਰੂ ਦੇ ਪੇਜ ਤੇ? ਵੀਰੇ ਹਨਾ ਜਿਵੇਂ ਤੁਸੀਂ ਮਿਊਜ਼ਿਕ ਨੂੰ ਸਪੋਰਟ ਕਰਦੇ ਹੋ ਹਨਾ, ਉਵੇਂ ਵੀ ਆਪਣੇ ਗਾਣੇ ਨੂੰ ਵੀ ਆ ਸਪੋਰਟ ਕਰਿਆ ਤੁਸੀਂ ਹਨਾ, ਬਹੁਤ ਚਲੋ ਥੈਂਕਸ। ਤੇ ਅਗਲਾ ਗਾਣਾ ਰੈਡੀ ਆ, ਬਾਕੀ ਹੁਣ ਵੀਡੀਓ ਦੀ ਵੇਟ ਆ, ਵੀਡੀਓ ਵੀ ਆ ਜਾਣੀ ਆਪਣੀ ਹਨਾ, ਬਹੁਤ ਸੋਹਣੀ ਵੀਡੀਓ ਬਣ ਗਈ ਆ। ਤੇ ਸਪੀਡ ਰੈਕਲ ਵੱਲੋਂ ਆ ਜਾਣੀ ਆ ਜੀ, ਬਾਟਵੀਰ ਦਾ ਲਿਖਿਆ ਹੋਇਆ ਗਾਣਾ। ਦੱਸੀ ਨਾ ਮੇਰੇ ਬਾਰੇ 1 ਕਰੋੜ ਪਲੱਸ, ਦੱਸੀ ਨਾ ਮੇਰੇ ਬਾਰੇ 1 ਕਰੋੜ 10 ਲੱਖ ਹੋਣ ਵਾਲਾ ਵੀਰੇ। ਪਰਮੀਸ਼ ਵਰਮਾ ਤੁਹਾਡੇ ਸਾਰਿਆਂ ਦਾ ਭਰਾ ਪਰਮੀਸ਼ ਵਰਮਾ, ਉਹਦਾ ਵੀ ਗਾਣਾ ਆ ਰਿਹਾ ਜੀ, ਤੇ ਗੱਡ ਕੇ ਸਪੋਰਟ ਕਰਿਓ। ਜਿੰਮੀ ਕੋਟਕਪੂਰੇ ਨੇ ਲਿਖਿਆ ਦੇਸੀ ਕਰੂ ਦੇ ਮਿਊਜ਼ਿਕ ਚ, ਜਲਦੀ ਤੋਂ ਜਲਦੀ 1 ਕਰੋੜ ਕਰਿਓ। ਮੈਂ ਵੀਰੇ ਮੈਂ ਗਾਦਾ, ਮੈਂ ਆਟੋ ਟਿਊਨਰ ਤੋਂ ਬਿਨਾਂ ਗਾਦਾ। ਪਰ ਮੈਂ ਨਾ ਇੱਕ ਗੱਲ ਕਹਿਣੀ ਚਾਹੁੰਦਾ, ਮੇਰੇ ਬਚਪਨ ਦਾ ਡ੍ਰੀਮ ਸੀ ਇੱਕ ਗਾਣਾ ਗਾਉਣ ਦਾ, ਪਰ ਮੇਰੇ ਘਰ ਦੇ ਮੈਨੂੰ ਬਹੁਤ ਗਾਲਾਂ ਕੱਢਦੇ ਸੀ ਕਿ ਕਾਕੇ ਕੁਛ ਵੀ ਕਰੀ ਗਾਣਾ ਨਾ ਗਾਈ ਤੂੰ, ਤੇ ਮਤਲਬ ਬੇਸੁਰੇ ਵੀ ਮੇਰੇ ਸਾਹਮਣੇ ਬਹੁਤ ਸੁਰੀਲੇ ਸੀਗੇ, ਤੇ ਮੈਨੂੰ ਘਰਦਿਆਂ ਨੇ ਕਦੇ ਗਾਣਾ ਨਹੀਂ ਦਿੱਤਾ। ਪਰ ਬਹੁਤ ਬਹੁਤ ਧੰਨਵਾਦ ਦੇਸੀ ਕਰੂ ਵਾਲੇ ਭਰਾਵਾਂ ਦਾ, ਜਿਨ੍ਹਾਂ ਨੇ ਮਿਹਨਤ ਤਰਲੇ ਮੰਨ ਲਏ ਮੇਰੇ 1.5-2 ਮਹੀਨੇ ਬਾਅਦ, ਤੇ ਮੇਰਾ ਗਾਣਾ ਰਿਕਾਰਡ ਕਰਤਾ। 4-5 ਆਟੋ ਟਿਊਨਰ ਲਾਈਆਂ, 4-5 ਆਟੋ ਟਿਊਨਰ ਗਲਾਏ। ਮੈਂ ਸੁਣਾਉਣੀ ਹੈ ਕਹਾਣੀ ਗੋਲਡੀ ਵੀਰੇ, ਸਪੋਇਲ ਨਾ ਕਰਿਓ ਸਾਰਿਆਂ ਲਈ। ਤੇ ਦੂਜਾ ਭਰਾ ਮੇਰਾ ਗੋਲ ਆਪਣਾ ਜਿੰਮੀ ਕੋਟਕਪੂਰਾ, ਜਿਹਨੇ ਗਾਣੇ ਦੇ ਗਾਣਾ ਲਿਖਿਆ ਤੇ ਆਪਦਾ ਗਾਣਾ ਖਰਾਬ ਕਰਨ ਲਈ ਮੈਨੂੰ ਦੇ ਦਿੱਤਾ। ਐਡਾ ਸੋਹਣਾ ਲਿਖਿਆ ਗਾਣਾ ਜਿੰਮੀ ਕੋਟਕਪੂਰਾ ਸਾਡੀ ਜਿੰਦ ਜਾਨ, ਜਿਹਦਾ ਵੀ ਗਾਣਾ ਆ ਰਿਹਾ ਬਹੁਤ ਛੇਤੀ, ਐਂਡ ਮਾੜੇ ਅਸੀਂ ਲੈ ਕੇ ਆ ਰਹੇ ਹਾਂ, ਉਹਦੀ ਵੀ ਵੀਡੀਓ ਬਣੀ ਪਈ ਹੈ, ਬਸ ਐਡਿਟ ਫਾਈਨਲ ਹੋਣੀ ਰਹਿ ਗਈ। ਤੇ ਗੋਲਡੀ ਵੀਰੇ ਦੇ ਦਾ ਬਹੁਤ ਬਹੁਤ ਧੰਨਵਾਦ, ਸਤਪਾਲ ਵੀਰੇ ਦਾ ਧੰਨਵਾਦ। ਮੈਂ ਨਾ ਜੇ ਆਪਣੀ ਸਪੀਚ ਹੈ ਜਿਹੜੀ, ਗੋਲਡੀ ਵੀਰੇ ਤੁਹਾਨੂੰ ਤੁਹਾਨੂੰ ਨਹੀਂ ਪਤਾ ਮੇਰੇ ਤੇ ਸਤਪਾਲ ਵੀਰੇ ਦੀ ਕਹਾਣੀ ਹੈ, ਮੈਂ ਸੋਚ ਰਿਹਾ ਸੀ ਜਦੋਂ ਮੈਨੂੰ ਅਵਾਰਡ ਮਿਲੂਗਾ ਇੱਕ ਦਿਨ। ਹਾਂ ਹਾਂ ਵੀਰੇ, ਕੌਨਫੀਡੈਂਸ ਦੀ ਗੇਮ ਹੈ। ਤੇ ਮੈਂ ਕਿਹਾ ਜੇ ਮੈਨੂੰ ਕਦੇ ਅਵਾਰਡ ਮਿਲਿਆ ਤੇ ਮੈਂ ਕਹੂੰਗਾ ਕਿ ਮੈਨੂੰ ਬਹੁਤ ਬਹੁਤ ਧੰਨਵਾਦ ਦੀਆਂ ਗੋਲਡੀ ਤੇ ਦੇਸ ਆਪਣਾ ਸਤਪਾਲ ਵੀਰਾ ਦੇਸੀ ਕਰੂ ਵਾਲੇ ਭਰਾਵਾਂ ਦਾ, ਜਿਨ੍ਹਾਂ ਨੂੰ ਯਕੀਨ ਸੀ ਕਿ ਉਹਨਾਂ ਦਾ ਆਟੋ ਟਿਊਨਰ ਮੇਰੀ ਆਵਾਜ਼ ਤੇ ਚੱਲ ਜੂਗਾ। 17-18 ਆਟੋ ਟਿਊਨਰ ਲਾ ਕੇ ਉਹਨਾਂ ਨੇ ਮਿਕਸ ਮਾਸਟਰਿੰਗ ਲਈ ਭੇਜਿਆ ਤੇ ਸਿਰਫ 17-18 ਹੋਰ ਆਟੋ ਟਿਊਨਰ ਲੱਗੇ ਤੇ ਮੇਰੀ ਆਵਾਜ਼ ਤੱਕ ਬਣੀ ਆਵਾਜ਼ ਮੇਰੀ ਹੈ। ਪਰ ਹਾਂ ਵੀਰੇ ਵੀਰੇ ਲਾਈਵ ਬਹੁਤ ਬੇਇੱਜ਼ਤੀ ਹੋਊਗੀ, ਸਾਰੇ ਪਤਾ ਕਮੈਂਟ ਇਹੋ ਜਿਹੇ ਅੱਜ ਕੱਲ੍ਹ ਕਿਹੋ ਜਿਹੇ ਕਮੈਂਟ ਕਰਦੇ ਨੇ ਫੇਸਬੁੱਕ ਤੇ, ਉਹ ਤੂੰ ਰਹਿਣ ਦੇ ਨਾ ਗਾ ਤੂੰ ਗਾਣਾ, ਤੈਨੂੰ ਗਾਉਣਾ ਨਹੀਂ ਆਉਂਦਾ, ਐਵੇਂ
ਸਾਰੇ ਵੀਰ ਭਰਾ ਜਿਹੜੇ ਹੁਣ ਪਿਆਰ ਕਰਦੇ ਨੇ ਐਵੇਂ ਕਹਿਣਗੇ ਤੂੰ ਗਾਣਾ ਨਾ ਗਾ ਨਾ ਨਾ ਹੁਣ ਤਾਂ ਤੇਰੀ ਤਿਆਰੀ ਆ ਆਜ਼ਾਦ ਵਰਪਾਲੀਆ ਬਾਈ ਕਹਿੰਦਾ ਤੁਸੀਂ ਸਾਲੇ ਰਿਪਲਾਈ ਨੀ ਕਰਦੇ ਲੈ ਵੀਰੇ ਅੱਜ ਆਜ਼ਾਦ ਤੈਨੂੰ ਰਿਪਲਾਈ ਕਰਤਾ ਤੂੰ ਨੀ ਵੀਰੇ ਅੱਜ ਤੋਂ ਬਾਅਦ ਫੇਸਬੁੱਕ ਤੇ ਗਾਲ ਕੱਢਣੀ ਆਜ਼ਾਦ ਵੀਰੇ ਲਵ ਯੂ ਤੇਰਾ ਕਮੈਂਟ ਪੜ ਲਿਆ ਤੂੰ ਵੀਰੇ ਅੱਜ ਤੋਂ ਬਾਅਦ ਪਿਆਰ ਕਰਨਾ ਤੂੰ ਨੀ ਭਰਾਵਾ ਸਾਨੂੰ ਗਾਲ ਕੱਢਣੀ ਠੀਕ ਹੈ ਹੁਣ ਹਜ਼ਾਰਾਂ ਕਮੈਂਟ ਆਉਂਦੇ ਨੇ ਅਸੀਂ ਨਹੀਂ ਰਿਪਲਾਈ ਕਰ ਪਾਉਂਦੇ ਉਹਦੇ ਲਈ ਮਾਫੀ ਆ ਭਰਾਵਾ ਕਿਉਂਕਿ ਤੁਹਾਡੇ ਸਾਰੇ ਜਣਾ ਗੱਲਾਂ ਵੀ ਕਰਨੀਆਂ ਹੁੰਦੀਆਂ ਨੇ ਤੇ ਫੈਨ ਗੈਰੀ ਸੰਧੂ ਦਾ ਉਹ ਵੀਰੇ ਨੂੰ ਵੀ ਸਤਿ ਸ਼੍ਰੀ ਅਕਾਲ ਹਿਮਾਂਸ਼ੂ ਵੀਰੇ ਨੂੰ ਵੀ ਸਤਿ ਸ਼੍ਰੀ ਅਕਾਲ ਦੇਖੋ ਜੀ ਇੱਕ ਗੱਲ ਵੈਸੇ ਮੈਂ ਜ਼ਿਆਦਾ ਨਹੀਂ ਬੋਲਦਾ ਕਿਉਂਕਿ ਅੱਜ ਕੱਲ੍ਹ ਤੁਸੀਂ ਕੁਛ ਵੀ ਬੋਲੋ ਫੇਸਬੁੱਕ 'ਤੇ ਉਹ ਆਪਣੇ ਆਪ 'ਚ ਖਬਰ ਬਣ ਜਾਂਦੀ ਹੈ ਕੰਟਰੋਵਰਸੀ ਬਣ ਜਾਂਦੀ ਹੈ ਪਰ ਇੱਕ ਨਿੱਕੀ ਜਿਹੀ ਰਿਕੁਐਸਟ ਹੈ ਸਾਰੇ ਜਾਣਿਆਂ ਨੂੰ ਅਸੀਂ ਵੀ ਤੁਹਾਡੇ ਵਾਂਗੂ ਬੜੇ ਆਮ ਘਰਾਂ ਦੇ ਆਮ ਜਿਹੇ ਮੁੰਡੇ ਹਾਂ ਅਸੀਂ ਵੀ ਸਾਰੇ ਮਿਡਲ ਕਲਾਸ ਫੈਮਲੀਆਂ ਨੂੰ ਬਿਲੋਂਗ ਕਰਦੇ ਹਾਂ ਸਾਡੇ ਵੀ ਮਾਂ ਪਿਓ ਭੈਣ ਭਰਾ ਨੇ ਇੱਕ ਵਾਰੀ ਕਿਸੇ ਵੀ ਕਲਾਕਾਰ ਨੂੰ ਗਾਲ ਕੱਢਣ ਤੋਂ ਪਹਿਲਾਂ ਸੋਚ ਲਿਆ ਕਰੋ ਵੀਰੋ ਅਸੀਂ ਵੀ ਤੁਹਾਡੇ ਵਰਗੇ ਹੀ ਹਾਂ ਅਸੀਂ ਬਹੁਤ ਔਖੇ ਹੋ ਕੇ ਪੰਜ ਪੰਜ ਦਸ ਦਸ ਸਾਲ ਸਟਰਗਲ ਕਰਕੇ ਇੱਥੇ ਪਹੁੰਚੇ ਹਾਂ ਅਤੇ ਤੁਹਾਡੇ ਕਰਕੇ ਹੀ ਅਸੀਂ ਹਾਂ ਸਾਨੂੰ ਸਾਡੇ ਕੰਮ ਨੂੰ ਤੁਸੀਂ ਪਿਆਰ ਦਿੱਤਾ ਇੱਕ ਟਾਈਮ ਸੀ ਮੈਂ ਆਸਟ੍ਰੇਲੀਆ ਬੈਠਾ ਭਾਂਡੇ ਮਾਂਜਦਾ ਸੀ ਅਤੇ ਮੈਂ ਦੇਸੀ ਕਰੂ ਦੇ ਗਾਣੇ ਸੁਣ ਕੇ ਨਾ ਫੋਨ ਕਰਦਾ ਸੀ ਦੇਸੀ ਕਰੂ ਦੇਸੀ ਕਰੂ ਇਹਨਾਂ ਦਾ ਪੇਜ ਰੋਸ਼ਨ ਪ੍ਰਿੰਸ ਵੀਰੇ ਨੇ ਸ਼ੇਅਰ ਕੀਤਾ ਸੀ 5000 ਲਾਈਕ ਸੀ ਇਹਨਾਂ ਦੇ ਪੇਜ 'ਤੇ ਅਤੇ ਮੈਂ ਸੋਚਿਆ ਦੇਸੀ ਕਰੂ ਨੂੰ ਫੋਨ ਕਰਾਂ ਅਤੇ ਮੈਂ ਬਾਈ ਹੋਰਾਂ ਨੂੰ ਫੋਨ ਕੀਤਾ ਸੀ ਅਤੇ ਇਹਨਾਂ ਨੇ ਕਿਹਾ ਆ ਜਾਓ ਤੁਹਾਨੂੰ ਮਿਲਦੇ ਹਾਂ ਗੱਲ ਕਰਾਂਗੇ ਬਾਈ ਮੈਂ 62 ਬਾਈ ਨੂੰ ਫੋਨ ਕੀਤਾ ਸੀ ਜਦੋਂ ਜੱਸੀ ਗਿੱਲ ਵੀਰੇ ਨੇ ਗਾਣਾ ਨਹੀਂ ਸੀ ਪਾਇਆ ਜੱਸੀ ਗਿੱਲ ਵੀਰੇ ਨੇ ਇੱਕ ਪੋਸਟ ਪਾਈ ਸੀ ਕਿ ਜੀ ਅੱਜ ਲੈਂਸਰ ਦੇ 50,000 ਵਿਊ ਹੋ ਗਏ ਅਤੇ ਮੇਰਾ ਕਮੈਂਟ ਸੀ ਥੱਲੇ ਬਾਈ 5000 ਵਿਊ ਮੇਰੇ ਨੇ ਮੈਂ ਕਮੈਂਟ ਕੀਤਾ ਸੀ ਜੱਸੀ ਬਾਈ ਦੀ ਫੋਟੋ ਥੱਲੇ ਕਿ 5000 ਵਿਊ ਲੈਂਸਰ ਦੇ ਮੇਰੇ ਸੀ ਮੈਂ ਫੈਨ ਹੁੰਦਾ ਸੀ ਦੇਸੀ ਗੁਰੂ ਵਾਲੇ ਵੀਰਾਂ ਦਾ ਅੱਜ ਅਸੀਂ ਕੰਮ ਕਰਕੇ ਮਿਹਨਤ ਕਰਕੇ ਮਸਾਂ ਇੱਥੇ ਕਿਤੇ ਪਹੁੰਚੇ ਹਾਂ ਤੁਸੀਂ ਸਾਡੀ ਮਿਹਨਤ ਨੂੰ ਇੰਨਾ ਫਲ ਪਾਉਂਦੇ ਹੋ ਤੁਹਾਡੇ ਕਰਕੇ ਅੱਜ ਅਸੀਂ ਇਸ ਥਾਵਾਂ 'ਤੇ ਪਹੁੰਚੇ ਹਾਂ ਸਾਡਾ ਇਹ ਕੀ ਕਹਿੰਦੇ ਨੇ ਇੰਡਸਟਰੀ 'ਚ ਇੰਨਾ ਕੁ ਨਾਂ ਬਣਿਆ ਕਿ ਸਾਡਾ ਗਾਣਾ ਤੁਸੀਂ ਸੁਣਦੇ ਹੋ ਸਪੋਰਟ ਕਰਦੇ ਹੋ ਦੱਸੀ ਨਾ ਮੇਰੇ ਬਾਰੇ ਵੀਰੇ ਦਾ ਡੈਬਿਊ ਟਰੈਕ ਸੀਗਾ ਸਾਡੇ ਕਿੰਨੇ ਗਾਣਿਆਂ ਨੂੰ ਸਪੋਰਟ ਕੀਤਾ ਹੁਣ ਜੇਠਾ ਪੁੱਤ ਆ ਰਿਹਾ ਤੁਸੀਂ ਸਾਰਿਆਂ ਨੂੰ ਅੱਗੇ ਵੀ ਸਪੋਰਟ ਕਰੋਗੇ ਤੁਹਾਨੂੰ ਸਾਰਿਆਂ ਨੂੰ ਇੱਕ ਨਿੱਕੀ ਜਿਹੀ ਰਿਕੁਐਸਟ ਹੈ ਜਦੋਂ ਤੁਸੀਂ ਸਾਡੇ ਵੱਲ ਵੇਖਦੇ ਹੋ ਸਾਡੇ ਵਿੱਚ ਆਪਣੇ ਆਪ ਨੂੰ ਵੀ ਵੇਖਿਆ ਕਰੋ ਕਿ ਅਸੀਂ ਸਾਰੇ ਜਣੇ ਕਿੱਥੋਂ ਤੁਰ ਕੇ ਆਏ ਹਾਂ ਕਿੱਥੋਂ ਚੱਲ ਕੇ ਕਿੱਥੇ ਤੱਕ ਪਹੁੰਚੇ ਹਾਂ ਅਤੇ ਇਹ ਸਭ ਕੁਛ ਤੁਹਾਡੇ ਕਰਕੇ ਹੀ ਹੈ ਤੁਸੀਂ ਸਾਨੂੰ ਗਾਲਾਂ ਕੱਢੋਗੇ ਅਤੇ ਅਸੀਂ ਖਤਮ ਹੋ ਜਾਵਾਂਗੇ ਪਿਆਰ ਦਊਂਗੇ ਅਸੀਂ ਖੜ੍ਹੇ ਹੋ ਜਾਵਾਂਗੇ ਅਸੀਂ ਤੁਹਾਡੇ ਨਾਲ ਹਾਂ ਸਾਡੀ ਸਕਸੈਸ ਸਾਡਾ ਫੇਲੀਅਰ ਸਭ ਤੁਹਾਡੇ 'ਤੇ ਨਿਰਭਰ ਕਰਦਾ ਅਤੇ ਉਮੀਦ ਕਰਦੇ ਜਿਵੇਂ ਹੁਣ ਤੱਕ ਤੁਸੀਂ ਸਾਨੂੰ ਪਿਆਰ ਦਿੰਦੇ ਰਹੇ ਹੋ ਅੱਗੇ ਅੱਗੇ ਵੀ ਪਿਆਰ ਦਊਂਗੇ ਮੈਂ ਥੋੜਾ ਸੀਰੀਅਸ ਹੋ ਗਿਆ ਪਰ ਸਾਰਿਆਂ ਨੂੰ ਲਵ ਯੂ ਹਾਂਜੀ ਵੀਰੇ ਹਾਂਜੀ ਵੀਰੇ ਖੰਨੇ ਖੰਨੇ ਤੋਂ ਯਾਦ ਆਇਆ ਆਪਣੇ ਗਾਣੇ ਦੇ ਖੰਨੇ ਵਾਲਾ ਪੈਰਾਗ੍ਰਾਫ ਸੁਣਾਇਓ ਹਾਂ ਨਵਾਂ ਉੱਠਿਆ ਸੀ ਖੰਨੇ ਚੋਂ ਸਟਾਰ ਗੋਰੀਏ ਬਾਈ ਸੁਣਾਇਓ ਮੈਨੂੰ ਕਹਿੰਦਾ ਮਾਸਟਰ ਜੀ ਗਾਣਾ ਨੀ ਆਉਂਦਾ ਪਰ ਤਰਜ ਸਾਰੀ ਆਉਂਦੀ ਹੈ ਜੀ ਇੱਕ ਤੁਹਾਨੂੰ ਮੈਂ ਦੋਨਾਂ ਜਾਣਿਆਂ ਨੂੰ ਨਾ ਪਰਮੇਸ਼ ਵਰਮਾ ਹੁੰਦੇ ਹੋ ਇੱਕ ਬਿਆਨ ਦਿੰਦਾ ਤੁਸੀਂ ਸਾਰੇ ਜਾਣਿਆਂ ਮੇਰੀ ਗੱਲ ਯਾਦ ਰੱਖੋਗੇ ਆਪਦੇ ਯਾਰਾਂ ਦੋਸਤਾਂ ਨੂੰ ਵੀ ਦੱਸੋਗੇ ਦੋਸਤੀ ਦੀ ਐਗਜ਼ਾਮਪਲ ਨਾ ਯਾਰੀ ਦੋਸਤੀ ਦੀ ਐਗਜ਼ਾਮਪਲ ਹੁੰਦੀ ਹੈ ਆਹ ਦੋ ਬੰਦੇ ਗੋਲਡੀ ਵੀਰਾ ਅਤੇ ਸਤਪਾਲ ਵੀਰਾ ਮੈਂ ਨਾ ਗਾਣਾ ਸ਼ੂਟ ਕਰ ਰਿਹਾ ਸੀਗਾ ਮੈਂ ਨਾਮ ਨਹੀਂ ਲੈਂਦਾ ਕਿਸੇ ਸਿੰਗਰ ਦਾ ਰੀਸੈਂਟਲੀ ਜਿਨ੍ਹਾਂ ਦਾ ਮਿਊਜ਼ਿਕ ਕੀਤਾ ਦੇਸੀ ਕਰੂ ਨੇ ਅਤੇ ਸ਼ੂਟ 'ਤੇ ਸਤਪਾਲ ਵੀਰਾ ਸਾਨੂੰ ਮਿਲਣ ਆਇਆ ਸਾਨੂੰ ਬੈਸਟ ਵਿਸ਼ਿਜ਼ ਦੇਣ ਆਇਆ ਅਤੇ ਮੈਂ ਸਤਪਾਲ ਵੀਰੇ ਨੂੰ ਕਿਹਾ ਕਿ ਬਾਈ ਤੁਸੀਂ ਗਾਣੇ ਜਾ ਕੇ ਨਾ ਇੱਕ ਸ਼ੋਟ ਦੇ ਜੋ ਅਤੇ ਸਤਪਾਲ ਬਾਈ ਕਹਿੰਦਾ ਯਾਰ ਗੋਲਡੀ ਹੈ ਨਹੀਂ ਮੈਂ ਨਹੀਂ ਸ਼ੋਟ ਦੇਣਾ ਅਸੀਂ ਸਾਰੇ ਜਾਣੇ ਮਿੰਨਤਾਂ ਕਰਦੇ ਰਹਿ ਗਏ ਕਿ ਬਾਈ ਸ਼ੋਟ ਦੇ ਦੇ ਗੋਲਡੀ ਵੀਰੇ ਬਿਨਾ ਅਤੇ ਸਤਪਾਲ ਸਾਡੇ ਭਰਾ ਨੇ ਇੱਕ ਸ਼ੋਟ ਨਹੀਂ ਦਿੱਤਾ ਗੋਲਡੀ ਵੀਰੇ ਬਿਨਾ ਮੈਂ ਕਿਹਾ ਵੀਰੇ ਤੂੰ ਟੀ ਸ਼ਰਟ ਪਾ ਲੈ ਜਿੱਤੇ ਗੋਲਡੀ ਵੀਰੇ ਦਾ ਮੂੰਹ ਹੋਵੇ ਪਰ ਬਾਈ ਨੇ ਸ਼ੋਟ ਨਹੀਂ ਦਿੱਤਾ ਸੋ ਵਾਹਿਗੁਰੂ ਕਰੇ ਕਿ ਸਤਪਾਲ ਵੀਰੇ ਅਤੇ ਗੋਲਡੀ ਵੀਰੇ ਦੀ ਯਾਰੀ ਐਂ ਬਰਕਰਾਰ ਰਹੇ ਹਾਂਜੀ ਫੋਟੋ ਫੋਟੋ ਪਾ ਕੇ ਰੱਖੇਗਾ ਕਰਾਂਗਾ ਪੇਜ 'ਤੇ ਕਰਿਆ ਕਰ ਉਹ ਜਦ ਅਸੀਂ ਇਕੱਠੇ ਹੁੰਦੇ ਹਾਂ ਜਿਵੇਂ ਜਿਸ ਦਿਨ ਆਪਾਂ ਜਾਂ ਸਤਪਾਲ ਇੰਗਲੈਂਡ ਸੀਗਾ ਮੈਂ ਤੁਹਾਨੂੰ ਕਿਹਾ ਸੀ ਮੈਂ ਕਿਹਾ ਲਾਈਵ ਨਹੀਂ ਹੋਣਾ ਹੈਗਾ
ਵੀ ਸਤਪਾਲ ਦਾ ਨਾ ਉਰੇ ਹੈ ਨੀ ਹੈ ਨਾ, ਫਿਰ ਆਪਾਂ ਉਹਨੂੰ ਫੋਨ ਤੇ ਦਿਖਾਇਆ ਸੀ ਐਂ ਕਰਕੇ, ਸਾਡੀ ਬੌਂਡਿੰਗ ਏਦਾਂ ਦੀ ਆ ਵਾਲੀ ਬੌਂਡਿੰਗ ਇਹਨਾਂ ਦੀ ਏਦਾਂ ਦੀ ਆ, ਪਤਾ ਨੀ ਕਿੱਦਾਂ ਦੀ ਬੌਂਡਿੰਗ ਹੈ ਇਹਨਾਂ ਦੀ। ਤੇ ਸਾਰੇ ਜਾਣਿਆਂ ਨੂੰ ਇੱਕ ਵਾਰੀ ਫਿਰ ਤੋਂ ਲੋਰ ਰਿਸਪੈਕਟ ਲੋਰ ਲਵ, ਤੇ ਮੇਰੀ ਕੋਈ ਗੱਲ ਬੁਰੀ ਲੱਗੀ ਹੋਵੇ ਤਾਂ ਪਹਿਲਾਂ ਹੀ ਮਾਫ਼ੀ ਮੰਗ ਲੈਂਦਾ ਜੀ, ਅਗਲੀ ਵਾਰੀ ਲਾਈਵ ਹੋ ਕੇ ਮਾਫ਼ੀ ਨਾ ਮੰਗਣੀ ਪਵੇ। ਸੋ ਐਵੇਂ ਪਿਆਰ ਦਿੰਦੇ ਰਹੋ ਜੀ, ਐਵੇਂ ਸਪੋਰਟ ਕਰਦੇ ਰਹੋ। ਗੋਲਡੀ ਵੀਰਾ ਸਾਡੀ ਜਾਨ, ਸਾਡਾ ਵੱਡਾ ਭਰਾ ਇੰਗਲੈਂਡ ਬੈਠਾ, ਮੈਂ ਵੀ ਜਾਣਾ ਸੀ ਇੰਗਲੈਂਡ, ਪਰ ਗੋਲਡੀ ਵੀਰਾ ਤੇ ਜੀ ਗੋਲਡੀ ਵੀਰਾ ਨਾਲ ਹੈ ਸਾਡੇ ਸਤਪਾਲ ਵੀਰਾ, ਤੇ ਗਾਣਾ ਲੈ ਕੇ ਆ ਰਹੇ ਜੀ ਜੇਠਾ ਪੁੱਤ ਬਾਏ ਰਿਟਨ ਬਾਏ ਨਰਿੰਦਰ ਬਾਠ ਵੀਰਾ। ਉਦੋਂ ਬਾਅਦ ਲੈ ਕੇ ਆਵਾਂਗੇ ਜੀ ਦਿਲਪ੍ਰੀਤ ਢਿੱਲੋਂ ਦਾ ਗਾਣਾ ਰਿਟਨ ਬਾਏ ਬਾਠ ਵੀਰਾ, ਮਿਊਜ਼ਿਕ ਬਾਏ ਦੇਸੀ ਗਰੂ। ਫਿਰ ਲੈ ਕੇ ਆਇਆ ਜੀ ਕੌਰ ਬੀ ਜੀ ਦਾ ਗਾਣਾ ਰਿਟਨ ਬਾਏ ਨਰਿੰਦਰ ਬਾਠ, ਮਿਊਜ਼ਿਕ ਬਾਏ ਦੇਸੀ ਗਰੂ। ਤਿੰਨੇ ਪਰਮੇਸ਼ਵਰਾਂ ਫਿਲਮ ਨੇ। ਸੋ ਐਵੇਂ ਪਿਆਰ ਦਿੰਦੇ ਰਹੋ, ਐਵੇਂ ਸਪੋਰਟ ਕਰਦੇ ਰਹੋ। ਜਿਹੜੇ ਸਾਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਲਵ ਯੂ, ਅਤੇ ਜਿਹੜੇ ਸਾਨੂੰ ਪਿਆਰ ਨਹੀਂ ਕਰਦੇ ਉਹਨਾਂ ਨੂੰ ਦੋ ਵਾਰੀ ਲਵ ਯੂ, ਕਿਉਂਕਿ ਆਹ ਲੈ ਚੱਕ ਮੈਂ ਆ ਗਿਆ।